ਹਾਂਜੀ, ਜਟਕੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਅਸੀਂ ਗੱਲ ਕਰ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਉਹ ਵੱਡੇ ਸਿੰਗਰਾਂ ਬਾਰੇ। ਹਾਂਜੀ, ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਅਤੇ ਉਸ ਤੋਂ ਬਾਅਦ ਕਰਨ ਔਜਲੇ ਬਾਰੇ ਗੱਲ ਕਰਾਂਗੇ। ਹਾਂਜੀ, ਸਿੱਧੂ ਮੂਸੇਵਾਲ ਦਾ ਨਵੇਂ ਗੀਤ ਦਾ ਐਲਾਨ ਹੋ ਚੁੱਕਿਆ ਹੈ, ਜਿਸਦਾ ਸਿੱਧੂ ਮੂਸੇਵਾਲੇ ਦੇ ਫੈਨ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹਾਂਜੀ, ਇਸ ਗੀਤ ਨੂੰ ਰਿਲੀਜ਼ 25 ਜੂਨ ਨੂੰ ਕੀਤਾ ਜਾਵੇਗਾ, ਜਿਸ ਤੋਂ ਬਾਅਦ ਫੈਨ ਸਿੱਧੂ ਮੂਸੇਵਾਲ ਦੇ ਬਹੁਤ ਹੀ ਜ਼ਿਆਦਾ ਖੁਸ਼ ਹਨ। ਡਿਲੇਮਾ ਇਸ ਗੀਤ ਦਾ ਨਾਂ ਹੈ, ਜੋ ਕਿ ਫੈਨ ਵੱਡੀ ਗਿਣਤੀ ਵਿੱਚ ਇਸ ਦਾ ਇੰਤਜ਼ਾਰ ਕਰ ਰਹੇ ਸਨ, ਕਿਉਂਕਿ ਸਿੱਧੂ ਮੂਸੇਵਾਲ ਦਾ ਪਿਛਲਾ ਗੀਤ 410 ਸੁਪਰਹਿੱਟ ਸਾਬਤ ਹੋਇਆ ਸੀ ਅਤੇ ਇਹ ਵੀ ਲੱਗਦਾ ਹੈ ਗੀਤ ਵੱਡੇ ਵੱਡੇ ਰਿਕਾਰਡ ਤੋੜ ਕੇ ਰੱਖ ਦੇਵੇ, ਕਿਉਂਕਿ ਇਸ ਗੀਤ ਦਾ ਵੀ ਇੰਤਜ਼ਾਰ ਕਾਫੀ ਜ਼ਿਆਦਾ ਸੀ। ਹਾਂਜੀ, ਹੁਣ ਗੱਲ ਕਰਦੇ ਹਾਂ ਗੀਤਾਂ ਦੀ ਮਸ਼ੀਨ ਕਰਨ ਔਜਲੇ ਬਾਰੇ। ਹਾਂਜੀ, ਕਰਨ ਔਜਲੇ ਨੇ ਆਪਣੇ ਇੰਸਟਾਗ੍ਰਾਮ ਉੱਤੇ ਅੱਜ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ। ਹਾਂਜੀ, ਕਰਨ ਔਜਲੇ ਦੀ ਇਸ ਐਲਬਮ ਵਿੱਚ 4 ਗੀਤ ਹਨ, ਜੋ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਪਾ ਕੇ ਦੱਸਿਆ ਹੈ। ਕਰਨ ਔਜਲੇ ਦੇ ਫੈਨ ਵੀ ਇਹ ਖਬਰ ਸੁਣ ਕੇ ਕਾਫੀ ਜ਼ਿਆਦਾ ਖੁਸ਼ ਹੋਣਗੇ, ਕਿਉਂਕਿ ਕਾਫੀ ਟਾਈਮ ਹੋ ਗਿਆ ਕਰਨ ਔਜਲੇ ਦੀ ਕੋਈ ਵੀ ਐਲਬਮ ਰਿਲੀਜ਼ ਨਹੀਂ ਹੋਈ। ਹਾਂਜੀ, ਹੁਣ ਕਰਨ ਔਜਲੇ ਦੀ ਇਹ ਐਲਬਮ 26 ਜੂਨ ਨੂੰ ਰਿਲੀਜ਼ ਕਰ ਦਿੱਤੀ ਜਾਵੇਗੀ। ਹਾਂਜੀ, ਕੌਣ ਕੌਣ ਇਹਨਾਂ ਦੋਵਾਂ ਸਿੰਗਰਾਂ ਦੇ ਗੀਤਾਂ ਦੀ ਵੇਟ ਕਰ ਰਿਹਾ ਹੈ, ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਪੰਜਾਬੀ ਇੰਡਸਟਰੀ ਦੀ ਹਰ ਇੱਕ ਜਾਣਕਾਰੀ ਹਾਸਲ ਕਰਨ ਲਈ ਜਟਕਿੰਗ ਟੀਵੀ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ, ਤਾਂ ਕਿ ਤੁਸੀਂ ਪੰਜਾਬੀ ਇੰਡਸਟਰੀ ਦੀ ਜਾਣਕਾਰੀ ਹਾਸਲ ਕਰੋ।